स्वागत है किसान वीरो तुहाडा यूट्यूब चैनल सिद्धक डेयरी फार्मिंग दे विच। किसान वीरो अज फिर मोगे शहर की वीडियो बना रहे हैं। इस शहर दे विच दोस्तों कल कलां रोड दे उत्ते एक स्टेडियम आउंदा ते उहदे नाल बाई जी होरां दा डेयरी दा कम है। डेयरी दोस्तों जिवें शहरां दे विच हुंदी है, पिंडां वाले डेयरी फार्म थोड़े जे होर स्टाइल दे हुंदे है। शहरां वाली डेयरी दोस्तों जिहदे च ज्यादा गिनती च पशु रखे जांदे है, थोड़ी जगह दे विच ही ज्यादा पशु हुंदे है क्योंकि भीड़ियां जगह हुंदियां। हालांकि इन्हां ने बहुत तकड़ा सैटअप इत्थे बाई जी तैयार कर रहे हैं नवा। इन्हां कोल दोस्तों पशु रूटीन च हुंदे है, कुछ तां इन्हां कोल सेल वाला पशु भी आ जांदा है ते कुछ आपदे पशुआं चो भी दोस्तों अदला बदली जिहड़ी है उह करदे रहिंदे आ, नवें पशु पाउणे हुंदे आ, पुराणियां चो कोई पशु कढ़िया भी जांदा। एक होर गल नाल इत्थे ऐड करदे आ दोस्तों, पशु इन्हां कोल इन्हां तों इलावा कट्टियां भी बहुत चंगीआं हुंदीआं क्योंकि बाहलीआं कट्टियां सांभण दा फायदा नहीं इन्हां नूं, शहर च बैठे आ। कट्टी खरीदण दा शकीन भी इन्हां नाल कॉन्टैक्ट कर सकदा है। रेट कट्टियां दे वध रहिणगे कारण इह दोस्तों, क्योंकि इह घट दुध वाली मझ नहीं इत्थे रखदे, सो उहदे करके बाकी उहदे लई तुहानूं इन्हां नाल गल करनी पऊगी, आ के देखिओ। अज की वीडियो च दोस्तों लगभग तुसी जे गिनती करो तो दो नौ पशु दोस्तों अज की वीडियो च यह चार बछियां, पशु विचों एक दो ही तोर के दिखावांगे ते डिटेल च इन्हां बारे पुछ लांगे। पहले नंबर तो दोस्तों बाई जी उन्हां नाल गलबात करके शुरू करांगे, बाकी जिन्हें भी खरीदनी होगी वह आके देखे क्योंकि वीडियो ज्यादा लंबी बनाउण दा कोई फायदा नहीं गा। आपां बाई तो ਇਹ ਬਾਰੇ ਜਾਣਕਾਰੀ ਇਹਨਾਂ ਬਾਰੇ ਲੈਣੀ। ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਨਾਮ ਦੱਸੀ ਵੀਰੇ ਆਪਣਾ? ਜਸਵਿੰਦਰ ਸਿੰਘ ਜੀ। ਜਸਵਿੰਦਰ ਸਿੰਘ, ਅੱਜ ਦੀ ਵੀਡੀਓ 'ਚ ਆਪਾਂ ਨੌ ਪਸ਼ੂ ਦਿਖਾਉਣੇ ਆ। ਹਾਂਜੀ। ਇੱਕ ਤਾਂ ਇਹਨਾਂ ਦਾ ਐਸਟੀਮੇਟ ਰੇਟ ਦੱਸ ਦਿਓ, ਘੱਟ ਤੋਂ ਘੱਟ ਕਿੰਨਾ ਤੇ ਵੱਧ ਤੋਂ ਵੱਧ ਕਿੰਨਾ? ਘੱਟ ਤੋਂ ਘੱਟ 55, ਵੱਧ ਤੋਂ ਵੱਧ 81 ਹੈ ਜੀ। ਵੱਧ ਤੋਂ ਵੱਧ 81, ਘੱਟ ਤੋਂ ਘੱਟ 55, ਵੇਖੀ। ਹਾਂਜੀ ਠੀਕ ਹੈ। ਅੱਛਾ ਪਹਿਲੇ ਨੰਬਰ ਵਾਲੀ ਝੋਟੀ ਬਾਰੇ ਦੱਸ ਵੀਰੇ, ਕਿੰਨਵੇਂ ਸੂਏ ਸੂਈ ਹੈ? ਇਹ ਦੂਜੇ ਸੂਏ ਸੂਈ ਹੈ ਜੀ। ਦੂਜੇ ਸੂਏ ਸੂਈ ਹੈ? 9 ਦਿਨ ਸੂਈ ਨੂੰ ਹੋ ਗਏ ਜੀ। 9 ਦਿਨ ਹੋ ਗਏ ਸੂਈ ਨੂੰ? ਹਾਂਜੀ। ਇਹਦਾ ਬੱਚਾ ਕੱਲ ਮਰ ਗਿਆ। ਠੀਕ ਹੈ। ਦੁੱਧ? ਦੁੱਧ 13 ਕਿਲੋ ਤਿਆਰ ਹੈ ਜੀ। 13 ਕਿਲੋ ਤਿਆਰ, ਕਿੰਨਾ ਕਰ ਦਿੰਦੀ ਹੈ ਦੁੱਧ ਇਹ? ਦੁੱਧ 15 ਪਲੱਸ ਕਰੂਗੀ ਜੀ। 15 ਪਲੱਸ ਕਰੂਗੀ। ਰੇਟ ਜੇ ਐਸਟੀਮੇਟ ਦੇਣੇ ਆ ਦੱਸੀ ਚੱਲੋ ਨਾਲ ਜੇ ਦੱਸ ਸਕਦੇ ਆ ਤਾਂ। ਇਹ 90,000 ਦੀ ਦਵਾਂਗੇ ਜੀ। 90,000 ਦੀ ਦੋਸਤੋ, ਬੱਚਾ ਹਜੇ ਕੱਲ ਹੀ ਮਰਿਆ, ਦੁੱਧ 13 ਕਿਲੋ ਤਿਆਰ ਆ, ਅੰਦਾਜ਼ਾ ਦੋਸਤੋ 15 ਕਿਲੋ ਤੋਂ ਪਲੱਸ ਚਲੀ ਜਾਊਗੀ। ਬਾਕੀ ਜੋ ਚੀਜ਼ ਆ ਤੁਹਾਡੇ ਸਾਹਮਣੇ, ਕਿਸੇ ਪਸ਼ੂ ਦੇ ਦੋਸਤੋ ਤੇਲ ਨਹੀਂ ਲਾਇਆ ਸਿੰਗਾਂ ਨੂੰ ਜਾਂ ਪਿੰਡੇ ਦੇ ਉੱਤੇ, ਕਾਰਨ ਇਹ ਆ ਵੀ ਕੱਸ ਦਾ ਕੰਮ ਹੈ ਇਹਨਾਂ ਕੋਲ ਵੀ। ਇਹ ਤੋਂ ਅੱਗੇ ਦੋਸਤੋ ਇੱਕ ਹੋਰ ਮੱਝ ਆ, ਇਹਦੇ ਬਾਰੇ ਵੀ ਬਾਈ ਤੋਂ ਡਿਟੇਲ 'ਚ ਪੁੱਛਦੇ ਹਾਂ। ਇਹ ਤੋਂ ਅਗਲੀ ਬਾਰੇ ਵੀ ਦੱਸਦੀ ਬਾਈ, 10 ਦਿਨ ਸੂਈਨ ਹੋ ਗਏ ਜੀ, 11 ਕਿਲੋ ਦੁੱਧ ਹੈ ਜੀ। ਠੀਕ ਹੈ। ਬੱਚਾ ਇਹਦੇ ਮਗਰ? ਮਗਰ ਕੱਟਾ ਜੀ, 10 ਦਿਨ ਸੂਈਨ ਹੋ ਗਈ। 10 ਦਿਨ ਹੋ ਗਏ ਸੂਈ ਨੂੰ। ਰੇਟ ਇਹਦਾ? ਇਹਦਾ 75,000 ਜੀ। 75,000 ਦੋਸਤੋ ਝੋਟੀ ਤੁਸੀਂ ਦੇਖ ਲਓ, ਇਸੇ ਤਰ੍ਹਾਂ ਹੀ ਦੇਖ ਲਓ ਦੋਸਤੋ, ਹਵਾਨੇ ਦੀ ਸਾਫ਼ ਆ, ਸੋਹਣੇ ਥਣ ਨਾਲ ਹੈ। ਬਾਕੀ ਸਿੰਘ ਜਿਹੜੇ ਹੈਗੇ ਉਹ ਤੁਹਾਡੇ ਸਾਹਮਣੇ ਦੋਸਤੋ, ਮੀਣੇ ਸਿੰਘ ਹੈ, ਇੱਕ ਥੋੜਾ ਸਾਈਡ ਨੂੰ ਨਿਕਲਦਾ, ਇੱਕ ਥੱਲੇ ਨੂੰ ਬਿਲਕੁਲ। ਇਦੋਂ ਅਗਲੀ ਝੋਟੀ ਬਾਈ, ਇਹਨੂੰ 15 ਦਿਨ ਸੂਈਨ ਹੋ ਗਈ, 10 ਕਿਲੋ ਦੁੱਧ ਹੈ ਜੀ। ਠੀਕ ਹੈ। ਬੱਚਾ ਇਹਦੇ ਮਗਰ? ਇਹਦੇ ਮਗਰ ਕੱਟੀ ਹੈ ਜੀ। ਸੂਆ ਇਹਦਾ ਕਿੰਨਾ? ਦੂਜਾ ਸੂਆ ਜੀ। ਦੂਜਾ ਸੂਆ। ਰੇਟ ਇਹਦਾ ਬਾਈ ਜੀ? ਇਹਦਾ 85,000 ਜੀ। 85,000 ਦੋਸਤੋ, ਇਹ ਵੀ ਝੋਟੀ ਤੁਸੀਂ ਦੇਖ ਲਓ। ਬਾਕੀ ਕੋਸ਼ਿਸ਼ ਕਰੂੰਗਾ ਦੋਸਤੋ ਲਾਸਟ ਦੇ ਵਿੱਚ ਜਦੋਂ ਇਹ ਖੋਲ ਕੇ ਆਪਦੇ ਉੱਧਰ ਬੰਨਣਗੇ ਦੂਜੀ ਜਗ੍ਹਾ 'ਚ ਸ਼ੈੱਡ 'ਚ, ਤੇ ਉਦੋਂ ਨਾਲ ਤੁਰਦੀਆਂ ਦਿਖਾ ਦੂੰਗਾ ਬਾਈ। ਇਦੋਂ ਅਗਲੀ ਮੱਝ ਦੱਸੋ। ਇਹ ਦੂਸਰਾ ਸੂਆ ਜੀ। ਠੀਕ ਹੈ। 14 ਕਿਲੋ ਦੁੱਧ ਪਹਿਲੇ ਸੂਏ ਦਿੱਤਾ ਜੀ ਇਹਨੇ। ਠੀਕ ਹੈ। ਕਿੰਨਾ ਚਿਰ ਹੋਇਆ ਸੂਈ ਨੂੰ? ਕੱਲ ਸੂਈ ਹੈ ਜੀ। ਬੱਚਾ? ਬੱਚਾ ਨੇ ਮਗਰ ਕੱਟਾ ਜੀ। ਠੀਕ ਹੈ। ਰੇਟ ਇਹਦਾ? ਰੇਟ ਦਾ 1,00,000 ਜੀ। 1,00,000 ਰੁਪਇਆ ਦੋਸਤੋ। ਬੱਚਾ ਕੱਟਾ, ਕੱਲ ਹੀ ਸੂਈ ਹੈ, ਦੂਜੇ ਸੂਏ ਜੈੱਡ ਬਲੈਕ ਪੂਛ, ਥਣ ਹਵਾਨਾ ਇੱਥੋਂ ਦੇਖ ਲਓ, ਥਣ ਚਾਰੇ ਸੋਹਣੇ ਹੈ, ਹਵਾਨਾ ਵੀ ਦੋਸਤੋ ਵੱਡਾ ਹੈ ਉੱਪਰ ਤੱਕ ਹਵਾਨਾ ਹੈ। ਬਾਕੀ ਚਮੜੀ ਦਾ ਰੰਗ ਜਿਹੜਾ ਤੁਸੀਂ ਦੇਖ ਸਕਦੇ ਹੋ ਬਹੁਤ ਕਾਲਾ ਹੈ। ਤੇਲ ਦੋਸਤੋ ਨਾ ਸਿੰਗਾਂ ਨੂੰ ਨਾ ਚਮੜੀ ਦੇ ਉੱਤੇ ਕਿਤੇ ਵੀ ਲੱਗਾ ਨਹੀਂ, ਜੋ ਚੀਜ਼ ਹੋਊਗੀ ਉਹ ਜੈਨੂਅਨ, ਜਿੱਦਾਂ ਦੇ ਪਸ਼ੂ ਹੈ ਉਦਾਂ ਦੀ ਕੰਡੀਸ਼ਨ ਦੇ ਹੈ। ਇਦੋਂ ਅੱਗੇ ਇੱਕ ਮੱਝ ਵੀ ਬਾਈ ਤੋਂ ਪੁੱਛਦੇ ਹਾਂ। ਇਹ ਬਾਈ? ਇਹ ਵੀ ਕੱਲ ਸੂਈ, ਚੌਥੇ ਸੂਏ। ਚੌਥੇ ਸੂਏ ਸੂਈ, ਕੱਲ ਬੱਚਾ ਇਹਨੇ ਕੀ ਦਿੱਤਾ? ਇਹਨੇ ਵੀ ਕੱਟਾ, ਇਹਦੇ ਕੱਟੀ ਹੈ ਜੀ। ਕੱਟੀ ਹੈ ਇਹਦੇ ਮਗਰ? ਠੀਕ ਹੈ। ਦੁੱਧ ਇਹਦਾ ਕੀ ਰਿਕਾਰਡ ਹੈ? 14+ ਤੇ ਗਰੰਟੀ ਤੇ ਲਈ ਜੀ। 14+? 14 ਜੀ। ਇਹ ਅੱਛਾ ਲਈ ਹੈ ਆਪਾਂ ਮੁੱਲ ਖਰੀਦੀ? ਹਾਂ ਜੀ ਹਾਂ ਜੀ। ਠੀਕ ਹੈ ਦੋਸਤੋ, ਇਹ ਮੁੱਲ ਖਰੀਦੀ ਇਹਨਾਂ ਕੋਲ, ਹਜੇ ਹੋਣੀ ਆਈ ਹੈ। ਹਵਾਨਾ ਦੇਖ ਲਓ ਪਾਸਿਓ ਜੀ ਵੀਰੇ, ਤੇਰੇ ਤੋਂ ਡਰੂਗੀ। ਕੱਲ ਹੀ ਸੂਈ ਹੈ ਦੋਸਤੋ, ਕੱਟੀ ਦਿੱਤੀ ਹੈ, ਚੌਥਾ ਸੂਆ। ਜੋ ਚੀਜ਼ ਆ ਦੋਸਤੋ ਤੁਹਾਡੇ ਸਾਹਮਣੇ ਆ, ਬਾਕੀ ਜਿਵੇਂ ਜਿਵੇਂ ਇਹ ਵਾਪਸ ਜਦੋਂ ਬੰਨਾਂਗੇ ਉਦੋਂ ਤੁਰਦੀਆਂ ਦਿਖਾ ਦਿਆਂਗੇ। ਇਦੋਂ ਅੱਗੇ ਦੋਸਤੋ ਗੱਬਣ ਮੱਝਾਂ ਬਾਈ ਹੋਰਾਂ ਕੋਲ, 3 ਕੁ ਮੱਝਾਂ ਗੱਬਣ ਹੈ। ਇਹ ਮੱਝ ਦੱਸੀ ਵੀਰੇ? ਇਹ ਚੌਥੇ ਸੂਏ ਸੋਨਾ ਜੀ, ਤੀਜੇ ਸੂਏ 20+ ਦੁੱਧ ਚੋਇਆ ਜਾਂਦਾ ਤੁਹਾਨੂੰ। ਠੀਕ ਹੈ। ਚੌਥੇ ਸੂਏ ਸੋਨਾ, 20+ ਚੋਇਆ? ਹਾਂਜੀ। ਠੀਕ ਹੈ। ਹੁਣ ਕਿੰਨੇ ਦਿਨ ਰਹਿੰਦੇ? ਇਹਦੇ 5-6 ਦਿਨ ਰਹਿੰਦੇ ਜੀ। 5-6 ਦਿਨ ਰਹਿੰਦੇ ਆ। ਠੀਕ ਹੈ। ਇਹਦਾ ਰੇਟ? ਇਹਦਾ 1,75 ਜੀ। 1,75। ਠੀਕ ਹੈ। ਇਹ ਉਹੀ ਹੈ ਜਿਹਦਾ ਆਪਾਂ 81 ਕਰਨਾ ਸੀ ਕਿ 81 ਵਾਲੀ ਹੋਰ ਹੈ? ਉਹੀ ਹੈ। ਠੀਕ ਹੈ ਦੋਸਤੋ, ਮੱਝ ਤੁਸੀਂ ਦੇਖ ਲਓ, ਇਹ ਬਹੁਤ ਵੱਡੀ ਮੱਝ, ਇਹਨੂੰ ਤੋੜ ਦਿਓ ਬਾਈ, ਕਹਿ ਦੇ ਮਾੜਾ ਜਿਹਾ।
ਦੋਸਤੋ ਹਵਾਨਾ ਦੇਖ ਲਓ ਪਿੱਛੋਂ ਇੱਥੋਂ ਜੋ ਤੁਸੀਂ ਖੜੀ ਦੇਖੋਗੇ ਦੋਸਤੋ ਉਦੋਂ ਵੀ ਹਵਾਨਾ ਦਿਸੂਗਾ ਪਿੱਛੇ ਦੀ ਪੂਰਾ ਹਵਾਨਾ ਵੱਡਾ ਚੌਥੇ ਸੂਏ ਸੋਹਣਾ ਹਵਾਨੇ ਵਾਲੀ ਦੋਸਤੋ ਇਹਨੇ ਕਮਾਲ ਕੀਤੀ ਹੋਈ ਹੈ ਬਹੁਤ ਵੱਡਾ ਹਵਾਨਾ ਤਿਆਰ ਕੀਤਾ ਹੇਠਾਂ ਬਾਈ ਜੀ ਹੋਰਾਂ ਨੇ ਕੱਕਾ ਰੇਤਾ ਪਾਇਆ ਪਸ਼ੂ ਵਾਸਤੇ ਚੰਗਾ ਵੀ ਹੁੰਦਾ ਉਹਦੇ ਕਰਕੇ ਗਰਦ ਵੀ ਜ਼ਿਆਦਾ ਉਠਾਉਂਦੇ ਆ ਪਸ਼ੂ ਬੋਡੀ ਵੇਟ ਇਹਦਾ ਦੋਸਤੋ ਦੇਖ ਲਓ ਭਾਰੀ ਹੈ ਪੁੜਿਆਂ ਦੀ ਚੌੜਾਈ ਦੇ ਚੰਗੀ ਹੈ ਕੱਦ ਘਾਟ ਚੰਗਾ ਹੈ ਹਵਾਨਾ ਦੋਸਤੋ ਇੱਥੋਂ ਦੇਖ ਸਕਦੇ ਹੋ ਤੁਸੀਂ ਵੱਡੀ ਮੱਝ ਜੇ ਕੋਈ ਵੀਰ ਖਰੀਦਣੀ ਚਾਹੁੰਦਾ ਆ ਕੇ ਦੇਖੋ ਰੇਟ ਦੋਸਤੋ ਕਿਉਂਕਿ ਦੁੱਧ ਇਹਨਾਂ ਨੇ ਚੰਗਾ ਚੋਇਆ ਉਹਦੇ ਕਰਕੇ ਰੇਟ 1.75 ਕੀਤਾ ਹੈ ਹਵਾਨਾ ਤੁਸੀਂ ਇੱਥੋਂ ਦੇਖ ਸਕਦੇ ਹੈ ਸੂਣ ਦੇ ਨੇੜੇ ਹੀ ਹੈ ਦੋਸਤੋ ਉਮੀਦ ਆ ਵੀ ਇਹ ਹੋਰ 1-2 ਦਿਨਾਂ ਵਿੱਚ ਦੀ ਸੁੱਕੂਗੀ ਹਵਾਨਾ ਬਹੁਤ ਵੱਡਾ ਹੈ ਵੱਡੀ ਮੱਝ ਹੈ ਇਹਦੂ ਅੱਗੇ ਇੱਕ ਮੱਝ ਟੁੱਟੇ ਸਿੰਘ ਵਾਲੀ ਇਹ ਬਾਈ ਕਿੰਨਵੇਂ ਸੂਏ ਸੋਣੀ ਇਹਨੇ ਤੀਜੇ ਸੂਏ ਸੋਣਾ ਜੀ ਕਿੰਨਾ ਚਿਰ ਰਹਿੰਦਾ ਇਹਦਾ 10-10 ਦਿਨ ਰਹਿੰਦੇ ਜੀ ਠੀਕ ਹੈ ਇਹਦਾ ਦੁੱਧ ਦਾ ਕੀ ਰਿਕਾਰਡ ਹੈ ਇਹਦਾ 16 ਕਿਲੋ ਅਸੀਂ ਦੂਜੇ ਸੂਏ ਚੋਇਆ ਜੀ ਠੀਕ ਹੈ ਰੇਟ ਰੇਟ ਇਹਦਾ 1,00,000 ਜੀ 1,00,000 ਦੋਸਤੋ ਮੱਝ ਦੇਖ ਲਓ ਮੈਂ ਪਹਿਲਾਂ ਹੀ ਦੱਸਤਾ ਵੀ ਸਿੰਘਾਂ ਨੂੰ ਤੇਲ ਨਹੀਂ ਲਾਏ ਇਹਨਾਂ ਦੇ ਉਸੇ ਤਰ੍ਹਾਂ ਹੀ ਹੈ ਇਹਨੂੰ ਵੀ ਦੋਸਤੋ ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ ਇਹ ਵੀ ਵੱਡੇ ਹਵਾਨੇ ਦੀ ਹੈ ਪਰ ਇਹਦੀ ਜਿਹੜੀ ਹਵਾਨੇ ਦੀ ਦੋਸਤੋ ਕੁਆਲਿਟੀ ਹੈ ਉਹ ਹੋਰ ਹੈ ਥੋੜ੍ਹਾ ਜਿਹਾ ਇਹ ਚੌੜੇ ਹਵਾਨੇ ਦੀ ਹੈ ਪਰ ਥੱਲੇ ਨੂੰ ਘੱਟ ਹੈ ਬੰਦ ਹਵਾਨਾ ਟੈਪ ਦਾ ਇਹਦਾ ਹਵਾਨਾ ਸਿੰਘ ਇੱਕ ਟੁੱਟਿਆ ਜੜ ਚੋਂ ਦੂਜਾ ਉੱਪਰ ਨੂੰ ਹੈ ਇਹਦੂ ਅੱਗੇ ਇੱਕ ਹੋਰ ਮੱਝ ਹੈ ਗੱਬਣ ਬਾਈ ਕੋਲ ਇਹ ਬਾਈ 90 ਸੂਏ ਵਾਸਤੇ ਗੱਬਣ ਦੋਸਤੋ ਮੱਝ ਦੇਖ ਲੋ 55,000 ਰੇਟ ਹੈ ਸੂਆ ਬਾਈ ਜੀ ਹੋਰਾਂ ਨੇ ਪਿਛਲੀ ਵਾਰ ਖਰੀਦੀ ਹੈ ਸੋ ਉਹਦੇ ਹਿਸਾਬ ਤੇ 5-6 ਸੂਆ ਤੁਸੀਂ 6 ਸੂਆ ਮੰਨ ਕੇ ਚੱਲੋ ਉਦੋਂ ਅੱਗੇ ਦੋਸਤੋ ਤੁਹਾਡਾ ਆਪਦੀ ਤੁਹਾਡੀ ਸਮਝ ਹੈ ਸੂਝ ਹੈ ਉਹਦੇ ਹਿਸਾਬ ਤੇ ਤੁਸੀਂ ਦੇਖ ਸਕਦੇ ਇੱਕ ਦੋਸਤੋ ਸੂਈ ਸਵਾਈ ਮੱਝ ਹੋਰ ਆ ਬਾਈ ਕੋਲ ਉਹਦੇ ਬਾਰੇ ਵੀ ਗੱਲਬਾਤ ਕਰ ਲਾਂਗੇ ਉਦੋਂ ਬਾਅਦ 'ਚ ਦੋਸਤੋ ਜਿਵੇਂ ਜਿਵੇਂ ਤੋਰ ਕੇ ਬਾਈ ਜੀ ਉਰੀ ਲਿਜਾਣਗੇ ਤੁਹਾਨੂੰ ਇਹ ਮੱਝਾਂ ਜਿਹੜੀਆਂ ਤੁਰਦੀਆਂ ਵੀ ਦਿਖਾ ਦਾਂਗੇ ਇਹ ਮੱਝ ਤੁਹਾਨੂੰ ਦੁਬਾਰਾ ਦਿਖਾ ਦਿੰਦਾ ਕਿਉਂਕਿ ਇਹਦਾ ਰੇਟ ਸਾਰੀਆਂ 'ਚੋਂ ਉੱਚਾ ਅਤੇ ਸਾਰੀਆਂ 'ਚੋਂ ਵੱਡਾ ਇਹਦਾ ਦੋਸਤੋ ਹਵਾਨਾ ਹੈ ਦੁੱਧ ਵਾਲੀ ਮੱਝ ਆ ਤੁਸੀਂ ਹਵਾਨਾ ਜਿਹੜਾ ਦੇਖੋਗੇ ਉਹ ਵੀ ਤੁਹਾਨੂੰ ਅੰਦਾਜ਼ਾ ਹੋਜੂਗਾ ਸੋ ਇੱਕ ਮੱਝ ਜਿਹੜੀ ਰਹਿ ਗਈ ਦੋਸਤੋ ਉਹਦੇ ਬਾਰੇ ਵੀ ਗੱਲਬਾਤ ਕਰ ਲੈਂਦੇ ਹਾਂ ਸਾਰੇ ਪਸ਼ੂ ਚਵਾਈ ਨੂੰ ਜਲਦੀ ਕਰ ਰਿਹਾ ਕੁਛ ਬੱਚੇ ਵੀ ਦੋਸਤੋ ਇਹਨਾਂ ਦੇ ਅੰਦਰ ਵਧੇ ਹੋ ਸਕਦਾ ਬੱਚਿਆਂ ਨੂੰ ਵੀ ਰੈਂਗਦੇ ਹੋਣ ਕਿਉਂਕਿ ਬੱਚੇ ਅੰਦਰ ਹੈ ਪਸ਼ੂ ਇਹ ਵੇਚਣ ਵਾਲੇ ਬਾਹਰ ਕੱਢੇ ਸੀ ਬਾਈ ਨੇ ਇਹਦੇ ਬਾਰੇ ਦੱਸੀ ਬਾਈ ਮੱਝ ਬਾਰੇ ਤੀਜਾ ਸੂਆ ਜੀ ਇੱਕ ਮਿੰਟ ਬਾਈ ਦੱਸੀ ਇਸ ਮੱਝ ਬਾਰੇ ਵੀ ਇਹ ਤੀਜਾ ਸੂਆ ਜੀ ਕਿੰਨੇ ਕੁ ਦਿਨ ਹੋ ਗਏ ਸੂਈ ਨੂੰ 10-10 ਹੋ ਗਏ ਜੀ ਦੁੱਧ ਹੁਣ 11 ਕਿਲੋ ਤਿਆਰ ਹੋ ਗਈ ਕਿੰਨਾ ਕਰ ਜੂ ਦੁੱਧ 14+ ਕਰ ਜੂ ਜੀ ਠੀਕ ਹੈ ਰੇਟ ਇਹਦਾ ਦੋਸਤੋ ਮੱਝ ਤੁਸੀਂ ਦੇਖ ਸਕਦੇ ਆ ਚੌੜੇ ਪੁੜਿਆਂ ਦੀ ਆ ਵੱਡੇ ਹਵਾਨੇ ਨਾਲ ਬੱਚਾ ਇਹਦਾ ਕੀ ਸੀਗਾ ਕੱਟਾ ਜੀ ਕੱਟਾ ਦਿੱਤਾ ਬਾ ਬੰਨਦੇ ਬਈ ਇਹਨੂੰ ਅੰਦਰ ਨੂੰ ਲੈ ਜਾਓ ਦੋਸਤੋ ਵੱਡੇ ਹਵਾਨੇ ਦੀ ਹੈ ਸ਼ਾਮ ਦਾ ਟਾਈਮ ਆ ਚਵਾਈ ਦਾ ਟਾਈਮ ਹੋਇਆ ਪਿਆ ਇੱਥੇ 4:30 ਵਜੇ ਦੋਸਤੋ 4 ਵਜੇ ਪਸ਼ੂਆਂ ਦੀ ਮਿਲਕਿੰਗ ਸ਼ੁਰੂ ਹੋ ਜਾਂਦੀ ਹੈ ਹਵਾਨਾ ਦੋਸਤੋ ਬਹੁਤ ਵੱਡਾ ਬਾਕੀ ਜਿੰਨੀਆਂ ਗੱਲਾਂ ਬਾਤਾਂ ਇਹਨਾਂ ਨਾਲ ਕੀਤੀਆਂ ਦੋਸਤੋ ਉਹਦੇ 'ਚ ਪਤਾ ਲੱਗਾ ਵੀ ਇਹ 1 ਕੁਇੰਟਲ ਦੁੱਧ ਸਰਪਲਸ ਰੱਖਦੇ ਆ ਉਦੋਂ ਵੱਧ ਜਿਹੜੇ ਪਸ਼ੂ ਆ ਜਾਂਦੇ ਆ ਫਿਰ ਇਹ ਵੇਚ ਦਿੰਦੇ ਆ ਪਸ਼ੂ ਰੂਟੀਨ 'ਚ ਆਉਂਦੇ ਆ ਇਹਨਾਂ ਤੋਂ ਬਿਨਾਂ 4 ਵੱਛੀਆਂ ਬਾਈ ਕੋਲ ਚਾਰੇ ਇਹ ਦੋਸਤੋ ਇਹਨਾਂ ਨੇ ਵੇਚਣੀਆਂ ਜੇ ਕੋਈ ਵੀਰ ਚਾਰੇ ਵੱਛੀਆਂ ਖਰੀਦਣੀਆਂ ਚਾਹੁੰਦਾ ਤਾਂ ਰੇਟ 60,000 ਅਤੇ ਜੇ ਤੁਸੀਂ 2 ਵੱਛੀਆਂ ਖਰੀਦਣੀਆਂ ਤਾਂ ਦੋਸਤੋ 30,000 ਦੇ ਹਿਸਾਬ 'ਤੇ ਜੋੜਾ ਜਿਵੇਂ ਬੈਠੀਆਂ ਇਸੇ ਤਰ੍ਹਾਂ ਜੋੜਾ ਇੱਕ ਦੇਣਾ ਇਹਨਾਂ ਨੇ ਇਕੱਲੀ ਇਕੱਲੀ ਵੱਛੀ ਬਾਈ ਜੀ ਹੋਰੀ ਕਹਿੰਦੇ ਅਸੀਂ ਨਹੀਂ ਵੇਚਣੀ ਜੋੜਾ ਜੋੜਾ ਹੀ ਵੇਚਣਾ ਠਾ ਕੇ ਤੁਹਾਨੂੰ ਦਿਖਾ ਦਿੰਦੇ ਹਾਂ ਦੋਸਤੋ ਵੱਛੀਆਂ ਚੰਗੇ ਦੁੱਧ ਵਾਲੀਆਂ ਗਾਈਆਂ ਦੀਆਂ ਕਿਉਂਕਿ ਪਸ਼ੂ ਚੰਗੇ ਦੁੱਧ ਵਾਲੇ ਰੋਕਦੇ ਇੱਥੇ ਸੋ ਜਿਵੇਂ ਇਹ ਖੜੀਆਂ ਦੋਸਤੋ ਪਹਿਲੇ 2 ਨੰਬਰ ਵਾਲੀਆਂ ਜਿਹੜੀਆਂ ਜੋੜਾ ਇਹ ਇਕੱਠਾ ਹੀ ਦੇਣਾ ਅਤੇ ਜੋੜਾ ਹੀ ਇੱਧਰਲੀਆਂ ਵੱਛੀਆਂ ਦਾ ਚਾਰੇ ਵੱਛੀਆਂ ਦਾ ਰੇਟ 60,000 ਜੋੜੇ ਦਾ ਰੇਟ 30,000 ਜੇ ਕੋਈ ਵੀਰ ਖਰੀਦਣੀਆਂ ਚਾਹੁੰਦਾ ਤਾਂ ਆ ਕੇ ਦੇਖੋ ਪਸੰਦ ਕਰੋ ਉਮਰ ਕਿੰਨੀ 8-8 ਮਹੀਨੇ ਉਮਰ ਆ ਦੋਸਤੋ ਇਹਨਾਂ ਦੀ ਅਤੇ ਬਾਕੀ ਸੋਹਣੀਆਂ ਵੱਛੀਆਂ ਚੰਗੀ ਬਰੀਡ ਦੀਆਂ ਬਾਕੀ ਅੱਗੋਂ ਤੁਸੀਂ ਮੂੰਹ ਮੱਥੇ ਦੇਖ ਲਓ ਸਾਰੀਆਂ ਕਾਲੀਆਂ ਚਿੱਟੀਆਂ ਦੋਸਤੋ ਅਤੇ ਸੰਭਾਲ ਵੀ ਚੰਗੀ ਕੀਤੀ ਵੀ ਆ ਸੋ ਦੋਸਤੋ ਇੱਥੇ ਫਾਰਮ ਦੇ ਉੱਤੇ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਵੀ ਇਹਨਾਂ ਕੋਲ ਕੱਟੀਆਂ ਵੀ ਵਿਕਾਊ ਰਹਿੰਦੀਆਂ ਜਿਹੜੇ ਪਸ਼ੂ ਦੁੱਧੋਂ ਹਟ ਜਾਂਦੇ ਆ ਜਾਂ ਉਹਨਾਂ ਦੇ ਬੱਚੇ ਜਿਹੜੇ ਆ ਉਹ ਪਾਸੇ ਹੋ ਜਾਂਦੇ ਆ ਤਾਂ ਉਹ ਵੀ ਵੇਚਦੇ ਆ ਅਤੇ ਇਹਨਾਂ ਤੋਂ ਬਿਨਾਂ ਤੋਕੜ ਗੱਬਣ ਮੱਝਾਂ ਵੀ ਇਹਨਾਂ ਕੋਲ ਹਰ ਟਾਈਮ ਹੁੰਦੀਆਂ ਦੋਸਤੋ ਤੁਸੀਂ ਕਿਸੇ ਵੀਰ ਨੇ ਤੋਕੜ ਗੱਬਣ ਕੋਈ ਮੱਝ ਖਰੀਦਣੀ ਹੋਵੇ ਤਾਂ ਵੀ ਇਹਨਾਂ ਦੇ ਇਸ ਡੇਅਰੀ 'ਤੇ ਵਿਜਿਟ ਕਰ ਸਕਦੇ ਹੋ ਐਡਰੈਸ ਮੈਂ ਪਹਿਲਾਂ ਹੀ ਦੱਸਤਾ ਸੀ ਬਾਕੀ ਦੋਸਤੋ ਆ ਕੇ ਤੁਸੀਂ ਦੇਖ ਸਕਦੇ ਹੋ ਪਸ਼ੂ ਬਹੁਤ ਹੈ
सारे पशुओं की वीडियो बनाना औखा काम है। सो जे किसी वीर ने तोकड़ गब्बण मझ लैनी तो भी आ सकते हो, गब्बण मझा मिल दी तो सज्जर भी, तो इन्हों तो बिना कट्टिया तो वछियां यह भी इन्हों को हर टाइम होंदियां। एक अद्धा कट्टा झोटा भी दोस्तों बकाऊ रहा। सो जो मर्जी तुम आओ इतने आके इन्हों तो आपकी रिक्वायरमेंट के हिसाब से पशु पूछ सकते हैं तो पशु खरीद सकते हैं। धन्यवाद दोस्तों।